ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਮਨਦੀਪ ਸਿੰਘ ਮੰਨਾ ਪੁਲਿਸ ਦੇ ਹੱਕ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਔਰ ਸਰਕਾਰ ਨੂੰ ਖਾਸ ਕਰਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕੋਸਦੇ ਜ਼ਿਆਦਾ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਪੁਲਿਸ ਦੀ 13ਵੀਂ ਤਨਖਾਹ ਕੱਟਣ ਦੀਆਂ ਇਹਨਾਂ ਦਿਨਾਂ ਵਿੱਚ ਭਰਪੂਰ ਗੱਲਾਂ ਹੋ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਦੀ 13ਵੀਂ ਤਨਖਾਹ ਕੱਟੀ ਜਾਵੇਗੀ ਤਾਂ ਉਸ ਤੋਂ ਪਹਿਲਾਂ ਜੋ ਵੀ ਪੰਜਾਬ ਦੇ ਮੰਤਰੀਆਂ ਦੇ ਵਾਧੂ ਖਰਚੇ ਨੇ ਉਹਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਖਾਸ ਕਰਕੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੰਮੇ ਹੱਥੀਂ ਲਿਆ ਔਰ ਉਹਨਾਂ ਨੇ ਕਿਹਾ ਕਿ ਚੋਣ ਮੈਨੀਫੈਸਟੋ ਨਹੀਂ ਬਲਕਿ ਚੋਰ ਮੈਨੀਫੈਸਟੋ ਜਿਹੜਾ ਬਣਾਇਆ ਗਿਆ ਸੀ ਉਸ ਦੇ ਵਿੱਚ ਕਿਸ ਤਰ੍ਹਾਂ ਮਤਲਬ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਪੁਲਿਸ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਹੋਰ ਕਿਸ ਕਦਰ ਲੋਕਾਂ ਨੂੰ ਚੋਪੜੀਆਂ ਚੋਪੜੀਆਂ ਗੱਲਾਂ ਸੁਣਾ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਆਓ ਵੇਖਦੇ ਹਾਂ ਮਨਦੀਪ ਸਿੰਘ ਮੰਨਾ ਦੀ ਵਾਇਰਲ ਹੋ ਰਹੀ ਇਹ ਵੀਡੀਓ। ਮੇਰਾ ਅੱਜ ਬੋਲਣ ਦਾ ਮਕਸਦ ਪੰਜਾਬ ਸਰਕਾਰ ਦੇ ਸ਼ਾਇਰ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਰਫ ਬੁੱਲੇ ਸ਼ਾਹ ਦੇ ਉਸ ਤੁਗਲਕੀ ਫਰਮਾਨ ਦੇ ਬਾਰੇ 'ਚ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ 80,000 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ 13ਵੇਂ ਮਹੀਨੇ ਦੀ ਤਨਖਾਹ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਇੱਥੇ ਦੱਸਣਾ ਜ਼ਰੂਰੀ ਹੈ ਕਿ ਪੁਲਿਸ ਮਹਿਕਮੇ ਵਿੱਚ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤੱਕ ਸਾਲ ਦੇ 13ਵੇਂ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ ਕਿਉਂਕਿ ਇਹਨਾਂ ਦੀ ਹਫ਼ਤੇ 'ਚ ਕੋਈ ਛੁੱਟੀ ਨਹੀਂ ਹੁੰਦੀ ਔਰ ਜਿੱਥੇ ਬਾਕੀ ਮਹਿਕਮਿਆਂ ਦੇ ਵਿੱਚ ਸ਼ਨੀ ਐਤਵਾਰ ਦੀ ਛੁੱਟੀ ਹੁੰਦੀ ਹੈ ਅਤੇ ਡਿਊਟੀ ਵੀ 8 ਘੰਟੇ ਹੁੰਦੀ ਹੈ, ਉੱਥੇ ਪੁਲਿਸ ਮਹਿਕਮੇ ਵਿੱਚ ਡਿਊਟੀ ਵੀ 24 ਘੰਟੇ ਕਰਨੀ ਹੁੰਦੀ ਹੈ। ਮਨਪ੍ਰੀਤ ਬਾਦਲ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ 2017 ਦੇ ਵਿੱਚ ਕਾਂਗਰਸ ਸਰਕਾਰ ਬਣੀ ਸੀ ਉਸ ਵੇਲੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ, ਵਾਅਦੇ ਤਾਂ ਨਹੀਂ ਕਹਿ ਸਕਦਾ, ਲਾਰਿਆਂ ਅਤੇ ਝੂਠ ਦੇ ਨਾਲ ਭਰਪੂਰ ਜਿਹੜਾ ਚੋਣ ਮੈਨੀਫੈਸਟੋ ਤਿਆਰ ਕੀਤਾ ਗਿਆ ਸੀ ਉਹਨੂੰ ਬਣਾਉਣ ਵਾਲੀ ਕਮੇਟੀ ਦੇ ਚੇਅਰਮੈਨ ਵੀ ਤੁਸੀਂ ਸੀਗੇ ਅਤੇ ਜੇ ਤੁਸੀਂ ਬਾਬਾ ਬੁੱਲੇ ਸ਼ਾਹ ਦੇ ਐਡੇ ਹੀ ਫੋਲੋਅਰ ਸੀ ਅਤੇ ਫਿਰ ਉਹਨਾਂ ਦੀ ਹਮੇਸ਼ਾ ਸੱਚ ਬੋਲਣ ਦੀ ਆਦਤ ਦੇ ਅਨੁਸਾਰ ਸਰਕਾਰ ਬਣਾਉਣ ਤੋਂ ਬਾਅਦ ਲੋਕਾਂ ਦਾ ਗਲ ਘੁੱਟਣ ਵਾਲਾ ਸੱਚ ਵੀ ਉਹਦੇ ਵਿੱਚ ਲਿਖ ਦਿੰਦੇ, ਸ਼ਾਇਰੀ ਕਰਕੇ ਆਪਣੇ ਆਪ ਦਾ ਸਾਦਾਪਣ ਦੱਸਣਾ ਲੋਕਾਂ ਨੂੰ ਪ੍ਰਭਾਵਿਤ ਕਰਨਾ ਬੜਾ ਸੌਖਾ ਹੈ ਪਰ ਉਸ 'ਤੇ ਪਹਿਰਾ ਦੇਣਾ ਬੜਾ ਔਖਾ ਹੈ। ਤੁਹਾਡੀ ਸ਼ਾਇਰੀ ਕਰਕੇ ਤੁਹਾਨੂੰ ਅਹਿਸਾਸ ਵੀ ਮੈਂ ਸ਼ਾਇਰੀ 'ਚ ਹੀ ਕਰਾਉਣ ਲੱਗਾ ਕਿ ਸ਼ਾਇਦ ਤੁਹਾਨੂੰ ਜਲਦੀ ਸਮਝ ਆ ਜਾਵੇਗੀ ਕਿ ਜੇ ਚੰਨ ਤੇਰੀ ਇੰਜੀ ਪੂਰੀ ਪੈਂਦੀ ਹੈ, ਜੇ ਚੰਨ ਤੇਰੀ ਇੰਜੀ ਪੂਰੀ ਪੈਂਦੀ ਹੈ, ਪਾ ਲੈ ਤੇਥੋਂ ਜਿੰਨੀ ਦੂਰੀ ਪੈਂਦੀ ਹੈ, ਪਹਿਲਾਂ ਤੋੜ ਨਿਭਾਉਣ ਦੇ ਵਾਅਦੇ ਕਰਦੇ ਨੇ ਮਗਰੋਂ ਖੌਰੇ ਕੀ ਮਜਬੂਰੀ ਪੈਂਦੀ ਹੈ। ਇਹ ਸਭ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਪੈਸੇ ਬਚਾਉਣ ਲਈ ਅਤੇ ਸਰਕਾਰ ਦਾ ਖਜ਼ਾਨਾ ਭਰਨ ਦੇ ਬਹਾਨੇ ਪੁਲਿਸ ਅਤੇ ਹੋਰ ਮੁਲਾਜ਼ਮਾਂ ਦੀ ਤਨਖਾਹ ਕੱਟਣ ਦੇ ਨਾਲ ਨਾਲ ਸਰਕਾਰ ਦੇ ਮੰਤਰੀਆਂ ਦੀ ਤਨਖਾਹ ਅਤੇ ਵਾਧੂ ਖਰਚੇ ਵੀ ਘੱਟ ਕਰਦੇ ਅਤੇ ਬੇਹਿਸਾਬੇ ਬੇਸਿਆਣੇ ਲਾਏ ਉਹ ਐਸਡੀਆਂ ਦੀ ਤਨਖਾਹ ਬੰਦ ਕਰਦੇ ਕਿ ਗਰੀਬ ਲਹਿਰੋਂ ਪਰ ਬਿਠਾਏ ਜਾਤੇ ਹੈ ਪਹਿਰੇ, ਸਮੁੰਦਰ ਕੀ ਤਲਾਸ਼ੀ ਕੋਈ ਨਹੀਂ ਲੇਤਾ। ਤੁਹਾਡੇ ਮੰਤਰੀਆਂ ਅਤੇ ਵੱਖ ਵੱਖ ਮਹਿਕਮਿਆਂ 'ਚ ਲਾਏ ਚੇਅਰਮੈਨਾਂ ਵੱਲੋਂ ਅਥਾਹ ਲੁੱਟ ਮਚਾ ਕੇ ਜਿਹੜਾ ਸਰਕਾਰ ਦੇ ਰੈਵਨਿਊ ਨੂੰ ਚੂਨਾ ਲਾਇਆ ਜਾ ਰਿਹਾ ਉਹਦੇ ਉੱਤੇ ਰੋਕ ਲਾਉਂਦੇ ਤਨਖਾਹਾਂ ਬੰਦ ਕਰਨ ਨਾਲੋਂ, ਤਨਖਾਹਾਂ ਘੱਟ ਕਰਨ ਨਾਲੋਂ, ਪੁਲਿਸ ਮੁਲਾਜ਼ਮਾਂ ਦੀ ਤਨਖਾਹ 'ਚ ਕਟੌਤੀ ਕਰਨ ਤੋਂ ਪਹਿਲਾਂ ਪੁਲਿਸ ਫੋਰਸ ਦੀ ਭਾਰੀ ਗਿਣਤੀ ਦੇ ਵਿੱਚ ਭਰਤੀ ਕਰਦੇ ਤਾਂ ਜੋ ਇਹਨਾਂ ਦੀ ਡਿਊਟੀ ਇੱਕ ਦੂਜੇ ਨਾਲ
ਵੰਡ ਵਰਤ ਕੇ 8 ਘੰਟੇ ਰਹਿ ਜਾਂਦੀ ਤੇ ਇਹਨਾਂ ਨੂੰ ਛੁੱਟੀ ਵੀ ਮਿਲਦੀ ਤੇ ਭਰਤੀ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ, ਜੋ ਦੇਣ ਦਾ ਵਾਅਦਾ ਤੁਸੀਂ ਆਪਣੇ ਚੋਣ ਮੈਨੀਫੈਸਟੋ 'ਚ ਕੀਤਾ ਸੀਗਾ। ਤੁਸੀਂ ਤੇ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਜਿਹੜੀ ਨੀਤੀ ਉਹ ਅਪਣਾ ਲਈ। ਮਤ ਸੋਚੋ, ਸਿਰਫ 80,000 ਮੁਲਾਜ਼ਮ ਹੈ, ਯਾਦ ਰੱਖੋ ਇਹਨਾਂ ਦੇ ਨਾਲ 5-5, 10-10 ਇਹਨਾਂ ਦੇ ਪਰਿਵਾਰ ਦੇ ਜੀਅ ਵੀ ਜੁੜੇ ਹੋਏ ਹਨ ਤੇ ਤੁਹਾਡੀ ਇੱਕ ਇੱਕ ਸੀਟ ਦੇ ਉੱਤੇ ਫਰਕ ਪਾਉਣ ਲਈ ਕਾਫੀ ਹਨ ਤੇ ਆਉਂਦੀ ਇਲੈਕਸ਼ਨ 'ਚ ਤੁਹਾਤੋਂ ਹਿਸਾਬ ਜ਼ਰੂਰ ਮੰਗਣਗੇ ਜਦੋਂ ਵੋਟਾਂ ਮੰਗਣ ਜਾਓਗੇ ਕਿ ਅਮੀਰੇ ਸ਼ਹਿਰ ਸੇ ਲੇਂਗੇ ਹਿਸਾਬ ਪਾਈ ਪਾਈ ਕਾ, ਅਮੀਰੇ ਸ਼ਹਿਰ ਸੇ ਲੇਂਗੇ ਹਿਸਾਬ ਪਾਈ ਪਾਈ ਕਾ, ਗਰੀਬੇ ਸ਼ਹਿਰ ਕੇ ਬੱਚੇ ਜ਼ਰਾ ਜਵਾਨ ਤੋਂ ਹੋਣੇ ਦਿਓ, ਇਲੈਕਸ਼ਨ ਆਉਣ 'ਤੇ ਦਿਓ। ਇਹਦੇ ਨਾਲ ਨਾਲ ਤੁਹਾਡੇ ਲੀਡਰਾਂ ਦੀ ਰਾਖੀ ਲਈ ਜਿਹੜੇ ਹਜ਼ਾਰਾਂ ਗਨਮੈਨ ਲੱਗੇ ਹੋਏ ਆ ਉਹਨਾਂ ਨੂੰ ਵਾਪਸ ਲੈਂਦੇ ਤਾਂ ਜੋ ਆਪਣੇ ਸਾਥੀ ਮੁਲਾਜ਼ਮਾਂ ਨਾਲ ਉਹ ਵੰਡ ਵਰਤ ਕੇ ਛੁੱਟੀ ਲੈਂਦੇ ਤੇ ਸੜਕਾਂ 'ਤੇ ਤੈਨਾਤ ਹੋ ਕੇ ਭ੍ਰਿਸ਼ਟ ਲੀਡਰਾਂ ਦੀ ਰਾਖੀ ਕਰਨ ਵਾਲੋ ਪੰਜਾਬ ਦੀ ਮਾਸੂਮ ਜਨਤਾ ਦੀ ਰਾਖੀ ਵੀ ਕਰ ਸਕਦੇ ਹੋ, ਕਿਉਂਕਿ ਪੰਜਾਬ 'ਤੇ ਪਹਿਲਾਂ ਹੀ ਰੱਬ ਆਸਰੇ ਚੱਲ ਰਿਹਾ ਕਿ ਕਿਸ਼ਤੀਆਂ ਡੂਬ ਚੁੱਕੀ ਹੈ ਸਾਰੀ, ਕਿਸ਼ਤੀਆਂ ਡੂਬ ਚੁੱਕੀ ਹੈ ਸਾਰੀ, ਅਬ ਲੀਏ ਫਿਰਤਾ ਹੈ ਦਰਿਆ ਹਮਕੋ, ਅਸੀਂ ਤੇ ਰੱਬ ਆਸਰੇ ਚੱਲਣ ਡਏ ਹਾਂ। ਇਹਦੇ ਨਾਲ ਨਾਲ ਮੈਂ ਪੁਲਿਸ ਮੁਲਾਜ਼ਮਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਜਿਹੜੇ ਇਹਨਾਂ ਲੀਡਰਾਂ ਨਾਲ ਤੁਸੀਂ ਗਨਮੈਨ ਲੱਗੇ ਹੋਏ ਹੋ, ਜਿਹੜੇ ਜਿਹੜੇ ਇਹਨਾਂ ਨਾਲ ਸਮਾਗਮਾਂ 'ਚ ਤੈਨਾਤ ਹੁੰਦੇ ਹੋ, 8 ਘੰਟੇ ਡਿਊਟੀ ਪੂਰੀ ਹੁੰਦਿਆਂ ਹੀ ਇਹਨਾਂ ਨੂੰ ਇਹਨਾਂ ਦੇ ਹਾਲ ਦੇ ਉੱਤੇ ਛੱਡ ਦਿਆ ਕਰੋ। ਆਪਣੇ ਆਪ ਨੂੰ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਘਾਉਂਦੇ ਆ, ਇਹਨਾਂ ਨੂੰ ਵੀ ਪਤਾ ਲੱਗ ਜੂਗਾ ਕਿ ਕਿੰਨੇ ਹਰਮਨ ਪਿਆਰੇ ਆ ਤੇ ਲੋਕ ਇਹਨਾਂ ਦਾ ਹਸ਼ਰ ਕੀ ਕਰਦੇ ਆ। ਤੇ ਅਖੀਰ 'ਚ ਮੈਂ ਪੰਜਾਬ ਦੀ ਸਮੁੱਚੀ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਤੇ ਆਪਣੇ ਆਪਣੇ ਬੱਚਿਆਂ ਦੇ ਹੱਕਾਂ ਲਈ, ਆਪਣੇ ਹੱਕਾਂ ਲਈ ਹਰ ਮੁੱਦੇ ਦੇ ਉੱਤੇ ਲੜਿਆ ਕਰੋ। ਮੇਰੇ ਇਕੱਲਿਆਂ ਦੇ ਬੋਲਣ ਨਾਲ ਕੁਝ ਨਹੀਂ ਹੋਣਾ, ਮੈਂ ਇਹ ਵੀ ਨਹੀਂ ਕਹਿੰਦਾ ਕਿ ਮੇਰੇ ਮਗਰ ਲੱਗ ਜਾਓ, ਪਰ ਆਪਣੀ ਜਗ੍ਹਾ ਦੇ ਉੱਤੇ ਹੋ ਰਹੇ ਧੱਕੇ ਦੇ ਵਿਰੋਧ 'ਚ ਲੜੋ, ਆਪਣੇ ਹੱਕਾਂ ਲਈ ਲੜੋ। ਮੈਂ ਜਿੰਨੇ ਜੋਗਾ ਹੈਗਾ ਪੰਜਾਬ ਅਤੇ ਪੰਜਾਬ ਦੀ ਜਨਤਾ ਦੇ ਹੱਕ ਸੱਚ ਲਈ ਲੜਦਾ ਰਹੂੰਗਾ, ਬਿਨਾਂ ਕਿਸੇ ਡਰ ਤੋਂ ਲੜਦਾ ਰਹੂੰਗਾ। ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਮੈਂ ਪਿਆਰ ਆਪਣੇ ਮੁਲਕ ਸੇ ਜਾਲੀ ਨਹੀਂ ਕਰਤਾ, ਮੈਂ ਪਿਆਰ ਆਪਣੇ ਮੁਲਕ ਸੇ ਜਾਲੀ ਨਹੀਂ ਕਰਤਾ, ਪੁਰਖੋ ਕੀ ਵਿਰਾਸਤ ਕਭੀ ਖਾਲੀ ਨਹੀਂ ਕਰਤਾ, ਅਰੇ ਛਾਤੀ ਪੇ ਚੜ੍ਹ ਕਰ ਬੋਲਣਾ ਆਦਤ ਹੈ ਮੇਰੀ, ਮੈਂ ਹਕੂਮਤ ਕੀ ਦਲਾਲੀ ਨਹੀਂ ਕਰਤਾ। ਇਸ ਤੋਂ ਪਹਿਲਾਂ ਈਵਨ ਪੰਜਾਬੀ ਚੈਨਲ ਨੇ ਵੀ ਇਸ ਵਿਸ਼ੇ ਨਾਲ ਸੰਬੰਧਿਤ ਕਈ ਖਬਰਾਂ ਲਗਾਈਆਂ ਨੇ ਕਿ ਪੁਲਿਸ ਵਿਭਾਗ ਵਾਲਿਆਂ ਦਾ ਇਹ ਕਹਿਣਾ ਹੈ ਕਿ ਜੇਕਰ 13ਵੀਂ ਤਨਖਾਹ ਕੱਟੀ ਜਾਂਦੀ ਹੈ ਤਾਂ ਫਿਰ ਅਸੀਂ ਸਿਰਫ ਤਾਂ ਸਿਰਫ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੋ ਜਨਰਲ ਡਿਊਟੀ ਹੈ ਉਹ ਹੀ ਕਰ ਪਾਵਾਂਗੇ, ਔਰ 5 ਵਜੇ ਤੋਂ ਬਾਅਦ ਕੀ ਹੋਵੇਗਾ ਉਸਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ। ਹੁਣ ਵੇਖਣਾ ਇਹ ਹੋਏਗਾ ਕਿ ਸਰਕਾਰਾਂ ਆਪਣੇ ਮੰਤਰੀਆਂ ਦੇ ਵਾਧੂ ਤੇ ਫਜ਼ੂਲ ਖਰਚਿਆਂ ਦੇ ਵਿੱਚ ਕਰਦੇ ਨੇ ਕਟੌਤੀ ਜਾਂ ਫਿਰ ਇਸ ਦੀ ਗਾਜ ਗਿਰਦੀ ਹੈ ਪੰਜਾਬ ਪੁਲਿਸ ਤੇ। ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ। ਕੀਤਾ ਕਰਾਇਆ ਜਾਦੂ ਟੋਣਾ ਗ੍ਰਹਿ ਕਲੇਸ਼, ਕਾਰੋਬਾਰ ਅਤੇ ਵਿਦੇਸ਼ ਸੰਬੰਧੀ ਆਪਣੀ ਹਰ ਸਮੱਸਿਆ ਬਾਰੇ ਤੁਸੀਂ ਪੰਡਿਤ ਜੀ ਨੂੰ ਬਿਨਾਂ ਦੱਸੇ ਜਾਣ ਸਕਦੇ ਹੋ। ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ। ਪੰਡਿਤ ਹਰੀਸ਼ ਕੁਮਾਰ ਜੀ ਨੂੰ ਬਿਨਾਂ ਦੱਸੇ ਆਪਣੇ ਦਿਲ ਦੀ ਗੱਲ ਜਾਣੋ।